ਨੇ ਉਹਦੇ ਵਾਸਤੇ। ਇੱਕ ਦਫ਼ਾ ਕੈਨਥ ਕਲਾਰਕ ਜਿਹਨਾਂ ਨੇ ਬੜੀ ਅੱਛੀ ਕਿਤਾਬ ਲਿਖੀ ਸੀ ਸਿਵਿਲਾਈਜੇਸ਼ਨ, ਉਹ ਕਹਿੰਦੇ ਦੀ ਹਿਸਟਰੀ, ਮੈਨਕਾਈਂਡਸ ਹਿਸਟਰੀ ਇਜ਼ ਬੀਨ ਰਿਟਨ ਇਨ 3 ਬੁੱਕਸ, ਦ ਬੁੱਕ ਆਫ ਇਟਸ ਵਰਡਸ, ਹਾਂਜੀ, ਦ ਬੁੱਕ ਆਫ ਇਟਸ ਡੀਡਸ ਐਂਡ ਦ ਬੁੱਕ ਆਫ ਇਟਸ ਆਰਟ, ਹੈ ਨਾ। ਵਰਡਸ ਦੇ ਮਤਲਬ ਲਿਟਰੇਚਰ, ਡੀਡਸ ਬਾਇਓਗ੍ਰਾਫੀਜ਼ ਹਿਸਟਰੀ, ਆਰਟ ਜਿਹੜਾ ਹੈ ਕਹਿੰਦੇ, ਐਂਡ ਆਫ ਦੀਸ ਦ ਲਾਸਟ ਇਜ਼ ਵਟ ਟੈਲਸ ਦ ਟਰੂਥ ਇਨ ਦ ਰਾਈਟ ਮੈਨਰ। ਉਹਦਾ ਰਿਫਲੈਕਸ਼ਨ ਹੈ ਨਾ ਲਾਈਫ ਦਾ, ਸੋਚ ਦਾ, ਸੋਸਾਇਟੀ ਦਾ, ਉਹ ਆਰਟ ਦੇ ਵਿੱਚ ਬਹੁਤ ਬਿਲਕੁਲ ਕਲੀਅਰਲੀ ਦਿਖਦਾ ਹੈਗਾ ਜੇ ਨਜ਼ਰ ਹੋਵੇ ਤੇ। ਇੱਥੋਂ ਮੈਨੂੰ ਯਾਦ ਆਇਆ ਕਿ ਕਹਿੰਦੇ ਨਜ਼ਰ ਅਤੇ ਨਜ਼ਰੀਆ ਦੋਵੇਂ ਬੜੇ ਜ਼ਰੂਰੀ ਹੁੰਦੇ ਨੇ ਕਿਸੇ ਕਲਾ ਨੂੰ ਪਰਖਣ ਲਈ। ਪਰ ਕੋਈ ਵੀ ਆਰਟ ਵਰਕ ਹੈ ਉਹ ਤੁਹਾਡੀ ਨਜ਼ਰ ਵਿੱਚ ਪਹਿਲੇ ਜੱਚਦਾ ਹੈ ਜਾਂ ਤੁਹਾਡੇ ਨਜ਼ਰੀਏ ਵਿੱਚ? ਨਹੀਂ, ਬਹੁਤੇ ਦੂਰ ਨਹੀਂ ਇੱਕ ਦੂਸਰੇ ਤੋਂ, ਹਾਂਜੀ, ਠੀਕ ਹੈ, ਮੇਰੇ ਲਫਜ਼ਾਂ ਦਾ ਹੇਰ ਫੇਰ ਹੈ, ਲੇਕਿਨ ਦੇਖੋ ਮਿਰਜ਼ਾ ਗਾਲਿਬ ਨੇ ਕਿਧਰੇ ਕਿਹਾ ਹੈਗਾ ਕਿ ਚਸ਼ਮੇ ਕੋ ਚਾਹੀਏ ਹਰ ਰੰਗ ਮੇਂ ਵਾਹ ਹੋ ਜਾਣਾ, ਹੈ ਨਾ, ਕਿ ਅੱਖ ਨੂੰ ਹਰ ਵਕਤ ਖੁੱਲ੍ਹਾ ਰੱਖਣਾ ਚਾਹੀਦਾ, ਕਿ ਬਖਸ਼ੇ ਹੈ ਜਲਵਾ ਏ ਗੁਲ ਜ਼ੌਕ ਏ ਤਮਾਸ਼ਾ ਗਾਲਿਬ, ਚਸ਼ਮੇ ਕੋ ਚਾਹੀਏ ਹਰ ਰੰਗ ਮੇਂ ਵਾਹ ਹੋ ਜਾਣਾ, ਕਿ ਜਿਹੜੀ ਤੁਹਾਡੀ ਇੱਛਾ ਹੈਗੀ ਹੈ, ਤੁਹਾਡੀ ਜੋ ਡਿਜ਼ਾਇਰ ਅੰਦਰੋਂ ਹੈਗੀ ਹੈ ਟੂ ਟੇਕ ਸਮਥਿੰਗ, ਹੈ ਨਾ, ਉਹ ਫਿਰ ਤਾਂ ਹੀ ਹੋ ਸਕਦੀ ਹੈਗੀ ਹੈ ਕਿ ਜੇ ਤੁਹਾਡੇ ਅੰਦਰ ਬਿਲਕੁਲ ਇੱਕ ਤਰ੍ਹਾਂ ਦੀ ਪੈਸ਼ਨ ਹੋਵੇ। ਇਸ ਦੌਰਾਨ ਤੁਸੀਂ ਬਹੁਤ ਸਾਰੇ ਕਲਾਕਾਰਾਂ ਦੀ ਜਿਹੜੀ ਕਲਾ ਹੈ ਉਸਨੂੰ ਮੁੜ ਸੁਰਜੀਤ 'ਤੇ ਕੀਤਾ, ਲੋਕਾਂ ਦੇ ਰੂਬਰੂ ਤੁਸੀਂ ਉਸਨੂੰ ਕੀਤਾ, ਪਰ ਉਸਦੇ ਨਾਲ ਤੁਸੀਂ ਵੀ ਇੱਕ ਸਫ਼ਰ ਤੈਅ ਕਰਦੇ ਹੋ ਜਦ ਉਸਨੂੰ ਦੁਬਾਰਾ ਲੋਕਾਂ ਦੇ ਸਾਹਮਣੇ ਤੁਸੀਂ ਲੈ ਕੇ ਆਉਂਦੇ ਹੋ, ਜਾਂ ਉਸ ਨਾਲ ਇੱਕ ਜ਼ਿੰਦਗੀ ਦੁਬਾਰਾ ਜਿਉਣੀ ਪੈਂਦੀ ਹੈ? ਕਿਸੇ ਵੀ ਕਲਾਕਾਰ ਦਾ ਕੰਮ ਜਿਹੜਾ ਦੇਖਣਾ ਜਾਂ ਇੱਕ ਪੀਰੀਅਡ ਦੀ ਕਲਾ ਨੂੰ ਦੇਖਣਾ, ਉਹ ਕੋਈ ਫਰੋਜ਼ਨ ਐਕਟੀਵਿਟੀ ਨਹੀਂ ਹੈ, ਹੈ ਨਾ। ਉਹੀ ਕਲਾਕਾਰ ਦਾ ਕੰਮ ਜਿਹੜਾ ਹੈ, ਅੱਜ ਤੁਹਾਨੂੰ ਇੱਕ ਨਜ਼ਰੀਏ ਨਾਲ ਦੇਖਦੇ ਹੋ ਜਾਂ ਇੱਕ ਤਰੀਕੇ ਨਾਲ ਦੇਖਦੇ ਹੋ, ਉਹ 5 ਸਾਲ ਦੇ ਬਾਅਦ, 7 ਸਾਲ ਦੇ ਬਾਅਦ ਤੁਹਾਡਾ ਨਜ਼ਰੀਆ ਬਦਲ ਚੁੱਕਾ, ਤੁਸੀਂ ਹੋਰ ਚੀਜ਼ਾਂ ਦੇਖ ਚੁੱਕੇ ਹੋ, ਤਾਂ ਉਹਦੀ ਰੀਵੈਲੂਏਸ਼ਨ ਇੱਕ ਤਰ੍ਹਾਂ ਕੋਂਸਟੈਂਟਲੀ ਜਿਹੜਾ ਬੰਦਾ ਗਰੋ ਕਰਦਾ ਹੈ ਉਹ ਰੀਵੈਲੂਏਟ ਕਰਦਾ ਹੈਗਾ, ਹੈ ਨਾ, ਇਸ ਤਰ੍ਹਾਂ ਕਰਕੇ। ਇਸ ਨੂੰ ਕੀ ਕਿਹਾ ਜਾ ਸਕਦਾ, ਕੋਈ ਕਹਿੰਦੇ ਆ ਕਿ ਪੁਰਾਣਾ ਮੁਹਾਵਰਾ ਹੈ ਕਿ ਯੂ ਕੈਨੋਟ ਬੇਦ ਇਨ ਦਾ ਸੇਮ ਰਿਵਰ ਟਵਾਈਸ, ਹੈ ਨਾ, ਕਿਉਂਕਿ ਜਾਂ ਤਾਂ ਪਾਣੀ ਲੰਘ ਗਿਆ ਜਾਂ ਤੁਸੀਂ ਬਦਲ ਗਏ। ਯੂ ਕੈਨੋਟ ਬੇਦ ਇਨ ਦਾ ਸੇਮ ਰਿਵਰ ਟਵਾਈਸ। ਅਕਸਰ ਜਦ ਤੁਸੀਂ ਕੋਈ ਪੇਂਟਿੰਗ ਦੇਖਦੇ ਹੋ, ਮੈਂ ਵੀ ਸਾਇਲੈਂਟਲੀ ਓਬਜ਼ਰਵ ਵੀ ਕੀਤਾ ਕਿ ਤੁਸੀਂ ਬਹੁਤ ਦੇਰ ਤੱਕ ਉਸਨੂੰ ਦੇਖਦੇ ਰਹਿੰਦੇ ਹੋ, ਕਿ ਉਹਦੀ ਕੋਈ ਜ਼ੁਬਾਨ ਵੀ ਹੁੰਦੀ ਹੈ, ਉਹ ਗੱਲਾਂ ਵੀ ਕਰਦੀਆਂ ਨੇ? ਦੇਖਣਾ ਜ਼ਰੂਰੀ ਹੈ। ਮੈਂ ਇੱਕ CCRT ਸੰਸਥਾ ਹੈਗੀ ਦਿੱਲੀ ਵਿੱਚ, ਉੱਥੇ ਟੀਚਰਸ ਨੂੰ ਬੁਲਾਉਂਦੇ ਆ, ਟੀਚਰਸ ਕਿਸੇ ਵੀ ਸਬਜੈਕਟ ਦੇ ਹੋਣ, 3-4 ਹਫ਼ਤੇ ਉਹਨਾਂ ਨੂੰ ਰੱਖਦੇ ਆ ਉੱਥੇ, ਵਿਦ ਦੀ ਆਈਡੀਆ ਕਿ ਕੋਈ ਵੀ ਸਬਜੈਕਟ ਦਾ ਹੋਵੇ, ਬ੍ਰਾਈਟ ਅਗਰ ਕੋਈ ਹੈ ਤਾਂ ਉਹਨਾਂ ਨੂੰ ਕਲਚਰ ਨਾਲ ਇੰਟਰੋਡਿਊਸ ਕੀਤਾ ਜਾਏ, ਰਾਈਟ, ਡਾਂਸ, ਮਿਊਜ਼ਿਕ, ਲਿਟਰੇਚਰ, ਵਿਜੂਅਲ ਆਰਟ ਐਂਡ ਸੋ ਔਨ, ਉਹਦੇ ਲੈਕਚਰ ਵਗੈਰਾ ਹੁੰਦੇ ਆ, ਡੈਮੋਨਸਟ੍ਰੇਸ਼ਨਸ ਹੁੰਦੀਆਂ, ਉਹ 3-4 ਹਫ਼ਤਿਆਂ 'ਚ ਉਹਨਾਂ ਦਾ ਬਿਲਕੁਲ ਨਜ਼ਰੀਆ ਬਦਲ ਜਾਂਦਾ। ਮੇਰਾ ਅੰਦਾਜ਼ਾ ਇਹ ਹੈ ਕਿ ਬਾਏ ਦਾ ਟਾਈਮ ਦੇ ਗੋ ਬੈਕ ਟੂ ਦੇਅਰ ਓਨ ਸਕੂਲ, ਸਕੂਲ ਟੀਚਰਸ ਹੈ, ਪ੍ਰੋਫੈਸਰਸ ਨਹੀਂ ਹੈ ਯੂਨੀਵਰਸਿਟੀਜ਼ ਦੇ ਜਾਂ ਕਾਲਜ ਟੀਚਰਸ ਨਹੀਂ ਹੈ, ਸਕੂਲ ਟੀਚਰਸ। ਉਹਨਾਂ ਨੂੰ ਮੈਂ ਕਈ ਵਾਰੀ ਪੁੱਛਦਾ ਕਿ ਤੁਸੀਂ ਮਿਊਜ਼ੀਅਮ ਗਏ ਸੀਗੇ,
ਹਾਂਜੀ ਗਏ ਸੀ, ਪੇਂਟਿੰਗ ਦੀ ਗੈਲਰੀ ਦੇਖੀ, ਹਾਂਜੀ ਦੇਖੀ। ਕਿੰਨਾ ਟਾਈਮ ਮਿਲਿਆ ਸੀ, ਲੈਟ ਸੇ 100 ਤਸਵੀਰਾਂ ਹੈਗੀਆਂ ਦੀਵਾਰ ਉੱਪਰ ਲੱਗੀਆਂ ਹੋਈਆਂ, 15 ਮਿੰਟ ਤੋਂ 5 ਮਿੰਟ ਤੁਸੀਂ ਆਪਸ ਗੱਲਬਾਤ ਕੀਤੀ ਹੋਣੀ ਹੈ, 10 ਮਿੰਟ ਲੈਟ ਸੇ ਤੁਸੀਂ ਤਸਵੀਰਾਂ ਦੇਖੀਆਂ, 10 ਮਿੰਟ 100 ਤਸਵੀਰਾਂ ਦੇਖੀਆਂ, ਤੁਸੀਂ ਬ੍ਰੇਕ ਇਟ ਡਾਊਨ, 1 ਮਿੰਟ 'ਚ 10 ਤਸਵੀਰਾਂ ਦੇਖੀਆਂ, ਬ੍ਰੇਕ ਇਟ ਫਰਦਰ ਡਾਊਨ, ਅਤੇ ਇੱਕ ਤਸਵੀਰ ਉੱਪਰ ਤੁਸੀਂ 6 ਸੈਕਿੰਡ ਲਗਾਏ ਉਹਨਾਂ ਨੇ ਆਪਣੇ 'ਚ, ਕੀ ਉਹਦੇ 'ਚੋਂ 6 ਸੈਕਿੰਡ 'ਚੋਂ ਕੀ ਨਿਕਲ ਸਕਦਾ, ਹੈ ਨਾ, ਕੁਛ ਨਹੀਂ ਨਿਕਲ ਸਕਦਾ। ਮੈਂ ਕਿਹਾ ਮੈਂ ਜਵਾਬ ਦੇ ਦਿੰਦਾ, ਖਾਕ, ਕੁਛ ਨਹੀਂ ਸਮਝ ਆ ਸਕਦਾ ਤੁਹਾਨੂੰ ਇਸ। ਮੈਂ ਨਹੀਂ ਕਹਿੰਦਾ ਕਿ ਜ਼ਿੰਦਗੀ ਭਰ ਇੱਕ ਤਸਵੀਰ ਦੇਖਦੇ ਰਹੋ, ਹੈ ਨਾ, 2 ਘੰਟੇ ਦੇਖਦੇ ਰਹੋ, 15 ਮਿੰਟ ਦੇਖੋ, ਲੇਕਿਨ ਐਂਟਰ ਅ ਵਰਕ ਆਫ ਆਰਟ, ਜਿਹੜੀ ਵਿਜੂਅਲ ਐਂਟਰੀ ਜਿਸ ਨੂੰ ਕਹਿੰਦੇ ਹੈ, ਇਨ ਟੂ ਅ ਵਰਕ ਆਫ ਆਰਟ ਇਜ਼ ਇੰਪੋਰਟੈਂਟ, ਬਹੁਤ ਇੰਪੋਰਟੈਂਟ ਹੈ। ਐਜ਼ ਐਨ ਆਰਟ ਹਿਸਟੋਰੀਅਨ, ਜੇ ਚੈਲੇਂਜਸ ਦੀ ਗੱਲ ਕਰੀਏ, ਉਹ ਚੈਲੇਂਜਸ ਕਿਹੜੇ ਰਹਿੰਦੇ ਨੇ? ਕੁਮਾਰ ਸਵਾਮੀ ਨੇ ਕਿਹਾ ਇੱਕ ਜਗ੍ਹਾ 'ਤੇ ਕਿ ਆਲ ਦੈਟ ਐਨ ਆਰਟ ਹਿਸਟੋਰੀਅਨ ਕੈਨ ਡੂ is to bring the viewer close to the subject. As you kise gardan pakad ke dasne dekho de je acha acha, you can bring him close, hai na, ke eh dekhne wali cheez hai, if that person gets it to theek hai, nahi hai to nahi hai. So art historian jada hai ga ek art nu apni nazar nal dekhda hai, unnu present karda hai, unnu assess karda hai, evaluate karda hai, unnu relate karda hai to other objects around it or relate to other cultures, ਜਿਹਨਾਂ ਨਾਲ ਕਰ ਕਰਾ ਕੇ, ਅਤੇ ਕੰਪਲੈਕਸ ਪ੍ਰੋਸੈਸ ਹੈ। ਆਰਟ ਹੈਜ਼ ਨੋ ਬਾਊਂਡਰੀਜ਼, ਆਰਟ ਟਰੈਵਲ ਕਰਦੀ ਹੈ, ਪਰ ਆਰਟ ਦੀ ਡਿਪਿਕਸ਼ਨ ਦੀ ਜੇ ਗੱਲ ਕਰੀਏ, ਉਹਦੇ ਵਿੱਚ ਉਸ ਇਲਾਕੇ ਦਾ, ਉਸ ਰੀਜਨ ਦਾ, ਉਸ ਇਲਾਕੇ ਦੀ ਜ਼ਬਾਨ ਦਾ, ਉੱਥੋਂ ਦਾ ਉਹ ਅਸਰ ਜਿਹੜਾ ਉਹ ਕਾਫੀ ਹੱਦ ਤੱਕ ਹੁੰਦਾ। ਬਿਲਕੁਲ ਹੁੰਦਾ, ਔਰ ਜ਼ਰੂਰੀ ਹੈ, ਅੱਛੀ ਗੱਲ ਵੀ ਹੈ, ਹੈ ਨਾ, ਕਿਉਂਕਿ ਜਿਹੜੀ ਜ਼ਮੀਨ ਦੀ ਖੁਸ਼ਬੂ ਹੈ ਨਾ, ਉਹ ਤਾਂ ਆਰਟ ਦੇ ਵਿੱਚ ਆਉਣੀ ਚਾਹੀਦੀ ਹੈ। ਜਿਹੜਾ ਆਰਟ ਇਜ਼ ਨੋ ਬਾਊਂਡਰੀਜ਼, ਇਹ 'ਚ ਅੱਛਾ ਮੁਹਾਵਰਾ ਹੈਗਾ, ਹੈ ਨਹੀਂ, ਉਹਦਾ ਮਤਲਬ ਇਹ ਨਹੀਂ ਹੈ ਕਿ ਵੀ ਹਰ ਜਗ੍ਹਾ ਦਾ ਆਰਟ ਇੱਕੋ। ਉਹਨਾਂ ਦੀ ਪੇਂਟਿੰਗ ਹੈ, ਉਹ ਛੋਟੀ ਪੇਂਟਿੰਗ ਨਹੀਂ ਹੈ, ਮੇਚਰ ਸਾਈਜ਼ ਨਹੀਂ ਹੈ, ਥੋੜ੍ਹੀ ਬੜੀ ਪੇਂਟਿੰਗ ਹੈ, ਉਹ ਪ੍ਰੋਸੈਸ਼ਨ ਹੈ, ਹੈ ਨਹੀਂ, ਮਹਾਰਾਜਾ ਨਰਿੰਦਰ ਸਿੰਘ ਹਾਥੀ ਉੱਪਰ ਬੈਠੇ, ਕੁੰਵਰ ਸਾਹਿਬ ਨਾਲ ਦੂਜੇ ਹਾਥੀ ਉੱਪਰ ਵੇ, ਕੁਝ ਮਸ਼ੀਨ ਵਗੈਰਾ ਤੀਜੇ ਹਾਥੀ ਉੱਪਰ ਬੈਠੇ, ਇੱਧਰੋਂ ਇੱਧਰ ਨਿਕਲ ਰਹੇ, ਹੈ ਨਹੀਂ, ਪਿੱਛੇ ਬੈਕਗਰਾਊਂਡ 'ਚ ਪਟਿਆਲੇ ਦਾ ਸ਼ਹਿਰ ਹੈ, ਹੈ ਨਹੀਂ, ਉੱਥੇ ਬੈਕਗਰਾਊਂਡ 'ਚ ਉੱਥੇ ਥੋੜ੍ਹੀ ਦੂਰ ਇੱਕ ਸੜਕ ਹੈ, ਉੱਥੇ ਕੋਈ ਬੱਗੀਆਂ ਵਗੈਰਾ ਹੈਗੀਆਂ ਯੂਰੋਪੀਅਨ ਟਾਈਪਸ, ਦੈਟਸ ਫਾਈਨ। ਅਤੇ ਥੱਲੇ ਜਿਸ ਹਾਥੀਆਂ ਤੋਂ ਨਜ਼ਦੀਕ ਪੈਰਾਂ ਦੇ ਕੋਲ ਬੇਸ਼ੁਮਾਰ ਖਲਕਤ, ਕੋਈ ਘੋੜੇ ਵਾਲੇ ਹੈ, ਕੋਈ ਪੈਦਲ ਹੈ, ਕੋਈ ਇਸ ਤਰ੍ਹਾਂ ਕਰਕੇ, ਲੇਕਿਨ ਯੂਨੀਫਾਰਮਸ ਪਹਿਨੀਆਂ ਹੋਈਆਂ, ਇਹ ਲੱਗਦਾ ਕਿ ਸ਼ਾਨ ਸ਼ੌਕਤ ਮਹਾਰਾਜਾ ਨਰਿੰਦਰ ਸਿੰਘ ਜੀ ਹੈ। ਉੱਥੇ ਹਾਥੀ ਉੱਪਰ ਬੈਠੇ ਅਤੇ ਪਿੱਛੇ ਚੋਰੀ ਵਾਲਾ ਜਿਹੜਾ ਬੰਦਾ ਹੈਗਾ, ਉਹ ਆਮ ਤੌਰ 'ਤੇ ਰਾਜਿਆਂ ਦੇ ਪਿੱਛੇ ਹੁੰਦਾ, ਉਹਦੇ ਹੱਥ 'ਚ ਚੋਰੀ ਨਹੀਂ ਹੈ, ਉਹਦੇ ਹੱਥ 'ਚ ਮੋਰਛਲ ਹੈ, ਹੈਂਜੀ, ਮੋਰਛਲ ਔਰ ਚੌਰੀ 'ਚ ਫਰਕ ਹੈ। ਚੌਰੀ ਜਿਹੜੀ ਹੈਗੀ ਹੈ ਉਹ ਚਾਮਰ ਜਿਹਨੂੰ ਸੰਸਕ੍ਰਿਤ 'ਚ ਕਹਿੰਦੇ ਆ, ਉਹ ਜਾਂ ਤਾਂ ਮਹਾਰਾਜੇ ਉੱਪਰ ਕੀਤੀ ਜਾਂਦੀ ਹੈ ਅਤੇ ਜਾਂ
ਕੋਈ ਗ੍ਰੰਥ ਹੈ ਜਾਂ ਮੂਰਤੀ ਹੈ ਉਹਦੇ ਉੱਪਰ ਕੀਤੀ ਹੈ, ਸਟੈਟਸ ਦਾ ਫਰਕ ਹੈ। ਉਹ ਬੰਦਾ ਜਿਹੜਾ ਮਹਾਰਾਜਾ ਦੇ ਉੱਪਰ ਇਸ ਤਰ੍ਹਾਂ ਚੋਰੀ ਵਗੈਰਾ ਤਾਂ ਨਹੀਂ ਕਰ ਰਿਹਾ, ਮੁਰਛਲ ਉਹਦੇ ਅੱਗੇ ਕਰ ਰਿਹਾ ਹੈਗਾ ਕਿ ਦੂਰ ਦੇਖ ਰਿਹਾ। ਉਹ ਤਸਵੀਰ ਨੂੰ ਤੁਸੀਂ ਧਿਆਨ ਨਾਲ, ਬਟ ਯੂ ਕੈਨ ਕੰਪਲੀਟਲੀ ਗੈਟ ਲੋਸਟ ਇਨ ਦੈਟ ਏਰੀਆ। ਕਿੰਨੀ ਸ਼ਾਨ ਸ਼ੌਕਤ ਹੈ, ਕਿੰਨੀ ਖੂਬਸੂਰਤੀ ਨਾਲ ਪੇਂਟਰ ਨੇ ਹਾਥੀ ਬਣਾਏ, ਮਹਾਰਾਜਾ ਬਣਾਏ, ਇਸ ਤਰ੍ਹਾਂ ਕਰਕੇ। ਥੋੜ੍ਹੀ ਦੇਰ ਬਾਅਦ ਦੇਖੋ ਤੁਸੀਂ, ਨਜ਼ਰ ਉੱਥੋਂ ਮੂਵ ਕਰੋ ਪੇਂਟਿੰਗ ਦੇ ਉੱਪਰ, ਜਿੱਥੇ ਮਹਾਰਾਜਾ ਦਾ ਹਾਥੀ ਹੈ, ਸਵਾਰੀ ਹੈ, ਉਸ ਤੋਂ ਕਾਫੀ ਅੱਗੇ ਜਾ ਕੇ ਇੱਕ ਹੋਰ ਹਾਥੀ ਹੈ, ਯਾਨੀ ਉਹਦੇ ਉੱਤੇ ਅਹੁਦਾ ਹੈਗਾ ਹਾਥੀ ਉੱਪਰ, ਔਰ ਉੱਥੇ ਗੁਰੂ ਗ੍ਰੰਥ ਸਾਹਿਬ ਰੱਖਿਆ, ਉੱਥੇ ਬੰਦਾ ਚੋਰੀ ਕਰ ਰਿਹਾ। ਅਤੇ ਉਹ ਜਿਹੜਾ ਪ੍ਰੋਸੈਸ਼ਨ ਹੈ ਉਹ ਮਹਾਰਾਜਾ ਦਾ ਪ੍ਰੋਸੈਸ਼ਨ ਨਹੀਂ ਹੈ, ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰੋਸੈਸ਼ਨ। ਇਹ ਪੇਂਟਰ ਦੇ ਦਿਮਾਗ 'ਚ ਹੈ, ਇਹ ਪੇਂਟਰ ਦੇ ਦਿਮਾਗ 'ਤੇ। ਤੁਸੀਂ ਸਰਸਰੀ ਤੌਰ 'ਤੇ ਦੇਖੋਗੇ, ਪਬਲਿਸ਼ ਵੀ ਕੀਤੀ ਲੋਕਾਂ ਨੇ, ਪ੍ਰੋਸੈਸ਼ਨ ਹੈ ਮਹਾਰਾਜਾ ਨਰਿੰਦਰ ਸਿੰਘ। ਮੈਂ ਕਹਿੰਦਾ ਗਲਤ ਹੈ, ਇੰਟਰਪ੍ਰੀਟੇਸ਼ਨ ਬਿਲਕੁਲ ਗਲਤ ਹੈ, ਇਟ ਇਜ਼ ਨੋਟ ਦ ਗਲੋਰੀ ਆਫ ਦਾ ਮਹਾਰਾਜਾ। ਤੁਸੀਂ ਸ਼ਾਇਰੀ ਨਾਲ ਵੀ ਕਾਫੀ ਜੁੜੇ ਹੋ, ਮਤਲਬ ਸ਼ੌਕੀਆ ਤੌਰ 'ਤੇ ਵੀ ਜੁੜੇ ਹੋ, ਅਤੇ ਜਾਣ ਤੋਂ ਪਹਿਲੇ ਚਾਹਾਂਗੇ ਜੇ ਟੀਚਰਸ ਡੇ ਦੇ ਮੌਕੇ 'ਤੇ ਕੁਝ ਅਜਿਹੇ ਅਲਫਾਜ਼ ਜਿਹੜੀ ਕਲਾ ਦੀ ਚੇਟਕ ਜਿਹੜੀ ਹੈ ਉਹ ਜਗਾਈ ਰੱਖ। ਫਾਰਸੀ ਵਾਲੇ ਜਿਹੜੇ ਉਸਤਾਦ ਸੀ ਨਾ ਪੁਰਾਣੇ, ਉਹ ਸ਼ੁਰੂ 'ਚ ਪੜ੍ਹਾਉਂਦੇ ਸੀ, ਇੱਕ ਸ਼ੇਰ ਬੋਲਦੇ ਸੀ ਕਿ ਖਿਸ਼ਤ ਅਵਲ ਦਰ ਨਿਹਦ ਮੀਮਾਰ ਕਜ ਤਾ ਸੁਰੱਈਆ ਮੀਰ ਅਵ ਦੀਵਾਰ ਕਜ। ਮਤਲਬ ਉਹਦਾ ਇਹ ਹੈ ਕਿ ਜਿਹੜੀ ਮੀਮਾਰ ਜਿਹੜਾ ਪੇਸਨ ਹੈ, ਮਿਸਤਰੀ ਹੈ, ਉਹ ਪਹਿਲੀ ਇੱਟ ਅਗਰ ਟੇੜੀ ਰੱਖਦੇ ਨਾ, ਹੈ ਨਹੀਂ, ਅਤੇ ਦੀਵਾਰ ਜਿਹੜੀ ਆ ਚਾਹੇ ਸੁਰੱਈਆ ਤੱਕ ਪਹੁੰਚ ਜਾਏ, ਉਹ ਅਸਮਾਨ 'ਤੇ ਕਿਤੇ ਪਹੁੰਚ ਜਾਏ, ਟੇੜੀ ਰਹੇਗੀ। ਅਤੇ ਫਾਊਂਡੇਸ਼ਨ ਜਿਹੜੀ ਹੈ, ਇਟ ਇਜ਼ ਆਫ ਦ ਹਾਇਸਟ ਇੰਪੋਰਟੈਂਸ। ਦੂਸਰੀ ਗੱਲ ਜਿਹੜੀ ਮੈਂ ਡੈਡੀਕੇਸ਼ਨ ਟੀਚਰਸ ਦੀ ਗੱਲ ਬੇਸਿਕਲੀ ਕਰਨਾ ਚਾਹੁੰਦਾ, ਕਿਉਂਕਿ ਕੰਟੈਕਸਟ ਜਿਹੜਾ ਹੈਗਾ ਟੀਚਰਸ ਡੇ ਦਾ ਹੈਗਾ। ਇੱਕ ਬੜੀ ਬਹੁਤ ਖੂਬਸੂਰਤ ਫਿਲਮ ਮੈਂ ਦੇਖੀ, ਈਰਾਨੀ ਫਿਲਮ, ਉਹਦਾ ਨਾਮ ਹੈ ਸਿਆਹ ਤਖਤੇ, ਬਲੈਕ ਬੋਰਡਸ। ਉਹ ਈਰਾਨ ਇਰਾਕ ਦੀ ਲੜਾਈ ਹੁੰਦੀ ਸੀਗੀ, ਅਤੇ ਇਹ ਕੁਛ ਪੇਂਟਰਸ, ਕੁਛ ਉਸਤਾਦ ਹੈ, ਟੀਚਰਸ ਹੈ, ਬੇਘਰ ਹੋ ਜਾਂਦੇ, ਉਹਦੇ ਬਿਮਾਰੀ ਹੋ ਰਹੀ ਹੈ, ਨਿਕਲ ਆਉਂਦੇ ਉੱਥੋਂ, ਲੇਕਿਨ ਹੈ ਉਸਤਾਦ, ਟੀਚਰ, ਕੰਮ ਉਹਨਾਂ ਦਾ ਹੈ। ਉਹ ਕੀ ਕਰਦੇ ਹੈ, ਬਲੈਕ ਬੋਰਡਸ ਅੱਗੇ ਔਰ ਪਿੱਛੇ ਲਟਕਾ ਕੇ ਚੱਲਣਾ ਸ਼ੁਰੂ ਕਰਦੇ, ਲੁਕਿੰਗ ਫੋਰ ਪਿਊਪਲਸ। ਪਿੰਡ ਤੋਂ ਪਿੰਡ ਜਾਂਦੇ ਹੈ ਕਿ ਅਸੀਂ ਪੜ੍ਹਾਉਣਾ ਚਾਹੁੰਦੇ ਹਾਂ, ਹੈ ਕੋਈ ਬੱਚੇ ਇੱਥੇ। ਬੜੀ ਕਮਾਲ ਦੀ ਫਿਲਮ, ਮਤਲਬ ਡੈਡੀਕੇਸ਼ਨ ਜਿਹੜੀ ਹੈ ਨਾ, ਦੀ ਫਾਇਰ, ਇੱਕ ਇੱਕ ਡਿਜ਼ਾਇਰ ਹੈ ਕਿ ਕਮਿਊਨੀਕੇਟ ਕਰਨਾ ਹੈ ਨਾ, ਇਸ ਤਰ੍ਹਾਂ ਕਰਕੇ। ਉਹ ਨਹੀਂ ਹੈ ਤਾਂ ਫਿਰ ਤਾਂ ਬਾਕੀ ਤਾਂ ਰੋਜ਼ੀ ਹੈ। ਅਜਿਹੇ ਟੀਚਰਸ ਨੂੰ ਮਿਲ ਕੇ ਪਤਾ ਲੱਗਦਾ ਹੈ ਕਿ ਨਜ਼ਰ ਅਤੇ ਨਜ਼ਰੀਏ ਦੀ ਕੀ ਅਹਿਮੀਅਤ ਹੈ। ਅਤੇ ਹੁਣ ਰੁੱਖ ਕਰਦੇ ਹਾਂ ਆਪਣੀ ਅਗਲੀ ਡੈਸਟੀਨੇਸ਼ਨ ਵੱਲ, ਆਪਣੇ ਅਗਲੇ ਟੀਚਰ ਵੱਲ।